ਮੋਟਰਸਾਈਕਲ। ਮੇਰਾ ਨਾਮ ਸ਼ਰਨ ਗੌਰ ਹੈ ਜੀ। ਹਾਂਜੀ, ਮੇਰਾ ਪਿੰਡ ਅਲਾਦੀਨਪੁਰ ਹੈ। ਮਾਮਲਾ ਇਸ ਤਰ੍ਹਾਂ ਜੀ, ਮੈਂ ਕਾਂਗਰਸ ਪਾਰਟੀ ਵੱਲੋਂ ਹਾਂਜੀ ਬਲਾਕ ਸੰਮਤੀ ਦੀ ਚੋਣ ਲੜਨ ਰਹੀ ਹਾਂ, ਜੋਧਪੁਰ ਜ਼ੋਨ ਤੋਂ 11 ਨੰਬਰ ਤੋਂ। ਹਾਂਜੀ, ਉਸ ਦਿਨ ਸਾਡੇ ਪਿੰਡ ਦੇ ਜਸਵਿੰਦਰ ਸਿੰਘ ਜੋ ਕਿ ਸਾਬਕਾ ਸਰਪੰਚ ਵੀ ਹੈ, ਸ਼੍ਰੋਮਣੀ ਕਮੇਟੀ ਵਿੱਚ ਮੌਜੂਦਾ ਮੈਨੇਜਰ ਵੀ ਆ, ਹਾਂਜੀ, ਉਹਨਾਂ ਨੇ ਉਸ ਟਾਈਮ 'ਤੇ ਉਸੇ ਦਿਨ ਅਸੀਂ ਉਹਨਾਂ ਨੂੰ ਬੇਨਤੀ ਕੀਤੀ। ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚੋਂ 20-25 ਬੰਦੇ, 3 ਗੱਡੀਆਂ, 2 ਨੋਵਾ, 1 ਉਹਦੀ ਆਪਣੀ ਗੱਡੀ ਸਰ, ਲੈ ਕੇ ਸਾਡੇ ਇੱਥੇ ਬੂਥ 'ਤੇ ਉਹਨਾਂ ਨੇ ਪਹਿਲਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਰੀਬ 1 ਵਜੇ ਉਹਨਾਂ ਨੇ ਜੀ ਬਿਲਕੁਲ ਸਾਡੇ ਹੱਥੀਂ ਆਉਣ ਪਏ ਆ ਜੀ, ਹੱਥੀਂ ਪੈ ਕੇ ਉਹਨਾਂ ਨੇ ਮੁੰਡਿਆਂ ਨੂੰ ਸੱਟਾਂ ਵੀ ਲਾਈਆਂ, ਪੂਰੀ ਗੁੰਡਾਗਰਦੀ ਖਾਈ ਜੀ। ਉੱਥੇ ਲੋਕਾਂ ਨੇ, ਰਾਹ ਜਾਂਦੇ ਲੋਕਾਂ ਨੇ ਵੀ ਵੇਖਿਆ ਵਾ, ਨੋਟ ਕੀਤਾ ਵਾ। ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਬਾਦਲ ਸਾਹਿਬ ਇੱਕ ਸਾਈਡ 'ਤੇ ਕਹਿ ਰਹੇ ਨੇ ਵੀ ਸਾਡਾ ਇਹਦੇ ਨਾਲ ਕੋਈ ਲਿੰਕ ਨਹੀਂ ਹੈਗਾ, ਦੂਸਰੀ ਸਾਈਡ 'ਤੇ ਵੇਖਿਆ ਜਾਵੇ ਇਹਨਾਂ ਨੂੰ ਇੰਨੀ ਜ਼ਿਆਦਾ ਖੋਲਿਆ ਵੀ ਤੁਸੀਂ ਇਲੈਕਸ਼ਨ ਦੇ ਵਿੱਚ ਤੁਸੀਂ ਪੂਰੀ ਗੁੰਡਾਗਰਦੀ ਕਰੋ, ਨਾਲ ਇਹਨਾਂ ਨੂੰ ਫੋਰਸ ਦਿੰਦੇ ਲੜਨ ਵਾਸਤੇ, ਨਾਲ ਹੀ ਇਹਨਾਂ ਨੂੰ ਨਾਲ ਗੱਡੀਆਂ ਹਥਿਆਰ ਦਿੱਤੇ ਜਾਂਦੇ ਆ। ਪੁਲਿਸ ਨੇ ਇਹਨਾਂ 'ਤੇ ਮਾਮਲਾ ਦਰਜ ਕੀਤਾ ਵਾ, ਹਾਂਜੀ ਇਹਨਾਂ 'ਤੇ ਮਾਮਲਾ ਦਰਜ ਹੋਇਆ ਵਾ, ਪਰ ਇਹ ਉੱਥੇ ਹਾਜ਼ਰੀ ਲਗਾ ਰਹੇ ਅਤੇ ਪੁਲਿਸ ਪੱਲਾ ਝਾੜ ਰਹੀ ਆ ਕਿ ਇਹਨੇ ਭਗੌੜਾ ਹੈਗੇ ਆ, ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਮੈਂ ਨਿਰਮਲ ਸਿੰਘ, ਸਰਪੰਚ ਅਲਾਦੀਨਪੁਰ। ਇਹ ਮਤਲਬ ਜੀ ਹੈਗਾ ਵਾ ਜਸਵਿੰਦਰ ਸਿੰਘ ਸ਼੍ਰੋਮਣੀ ਕਮੇਟੀ ਦੇ ਵਿੱਚ ਆਇਆ ਵਕਤ ਮੈਨੇਜਰ ਆ ਜੀ। ਇਹਨੂੰ ਅਹੁਦੇ ਤੋਂ ਖਾਰਜ ਕਰਕੇ ਇਹਦੇ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਮੈਂ ਇਸ ਕਰਕੇ ਦੁਬਾਰਾ ਬੇਨਤੀ ਕਰਦਾ ਵੀ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹਦੇ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਅਹੁਦੇ ਤੋਂ ਖਾਰਜ ਕੀਤਾ ਜਾਵੇ, ਜੋ ਕਿ ਇਹਦੀਆਂ ਹਾਜ਼ਰੀਆਂ ਲੱਗ ਰਹੀਆਂ, ਬਿਲਕੁਲ ਇਹ ਭਗੌੜਾ ਕਰਾ ਰਿਹਾ, ਬਕਾਇਦਾ ਭਗੌੜਾ ਵਾ, ਜੋ ਕਿ ਇਹਨਾਂ ਹੋਰ ਵੀ ਵਾਤਾਵਰਨ ਆ। ਮੈਂ ਪ੍ਰਸੰਤੋਂ ਕਰਦਾ ਵੀ ਇਹਦੇ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਇਹਦੇ 'ਤੇ ਕਰਕੇ ਦਰਜ ਮਾਮਲਾ ਇਹਨੂੰ ਅੰਦਰ ਕੀਤਾ ਜਾਵੇ, ਇਹਨੂੰ ਪਰਚਾ ਕਰਕੇ ਇਹਦੇ ਆਉਣ ਵਾਲੇ ਸਮੇਂ 'ਚ ਇਹਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਪਿੰਡ ਅਲਾਦੀਨਪੁਰ, ਤਹਿਸੀਲ ਅਤੇ ਜ਼ਿਲ੍ਹਾ ਤਰਨ ਤਾਰਨ ਤੋਂ ਬੋਲ ਰਿਹਾ ਜੀ। ਇੱਕ ਇਹ ਬੇਨਤੀ ਆ ਜੀ, ਜਸਵਿੰਦਰ ਸਿੰਘ ਨੇ ਜਿਹੜਾ ਇੱਥੇ ਆਪਣੇ ਗੁੰਡੇ ਆਏ ਆ, ਚਾਹੇ ਉਹ ਟਾਸਕ ਫੋਰਸ ਹੈ, ਚਾਹੇ ਇਹਨਾਂ ਦੇ ਮੁਲਾਜ਼ਮ ਆ, ਉਹਨਾਂ 'ਤੇ ਜਿਹੜਾ ਪੁਲਿਸ ਨੇ ਕਾਰਵਾਈ 'ਚ ਕਰ ਦਿੱਤੀ, 326 ਔਰ 452, 148, 149 ਦੀ ਧਾਰਾ 'ਤੇ ਲਾਈ ਆ, ਪਰ ਅਜੇ ਤੱਕ ਦੋਸ਼ੀ ਜਿਹੜਾ ਐਂ ਸ਼ਰੇਆਮ ਘੁੰਮ ਰਿਹਾ, ਪਿੰਡ ਵੀ ਆਉਂਦਾ, ਦਰਬਾਰ ਸਾਹਿਬ ਵੀ ਉਹਦੀ ਹਾਜ਼ਰੀ ਲੱਗਦੀ ਆ। ਅਸੀਂ ਚਾਹੁੰਦੇ ਹਾਂ ਵੀ ਪੁਲਿਸ ਜਿਹੜੀ ਆ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਐਡੇ ਗੰਦੇ ਕਰਨ ਵਾਲੇ ਵਿਅਕਤੀ ਨੂੰ ਤੁਰੰਤ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾਉਣਾ ਚਾਹੀਦਾ, ਅਤੇ ਪ੍ਰਧਾਨ ਸਾਹਿਬ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੂੰ ਵੀ ਇੱਥੇ ਚਾਹੇ ਵਿਭਾਗੀ ਕਾਰਵਾਈ ਕਰਨ, ਚਾਹੇ ਉਹ ਪਿੰਡ ਦੀ ਇਨਕੁਆਇਰੀ ਕਰਕੇ ਉਹਨੂੰ ਇਹ ਉੱਚ ਕੋਟੀ ਦੇ ਅਹੁਦੇ ਤੋਂ ਇਹਨੂੰ ਤੁਰੰਤ ਫਾਰਗ ਕਰਨਾ ਚਾਹੀਦਾ। ਉਸ ਸੰਬੰਧੀ ਅਫਸਰਾਂ ਵਾਲਾਂ ਪਾਸ ਇਨਕੁਆਇਰੀ ਪੈਂਡਿੰਗ ਆ, ਇਨਕੁਆਇਰੀ ਰਿਪੋਰਟ ਆਉਣ 'ਤੇ ਅਗਲੀ ਕਾਰਵਾਈ ਮਚਲਿਆਂ ਲਈ ਜਾਊਗੀ।